ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜਿਹੜੀ ਪਿੱਤ ਤੁਸੀਂ ਦੇਖ ਰਹੇ ਹੋ ਜੀ ਮੈਨੂੰ ਅੱਜ ਦਾ ਵਾਲਾ ਵਲੋਗ ਤੇ ਅੱਜ ਦੇ ਵਲੋਗ ਤੁਹਾਡਾ ਸਵਾਗਤ ਹੈ ਦੋਸਤੋ ਤੇ ਅੱਜ ਦਾ ਵਲੋਗ ਆਪਾਂ ਸਟਾਰਟ ਕਰ ਲੈਂਦੇ ਟਾਈਮ ਹੋ ਗਿਆ ਜੀ 11 ਤੇ 11 ਵੱਜ ਚੁੱਕੇ ਨੇ ਤੇ ਵਲੋਗ ਜਿਹੜਾ ਆਪਾਂ ਸਟਾਰਟ ਕਰ ਲਿਆ ਤੇ ਦੋਸਤੋ ਇਸ ਟਾਈਮ ਜਿਹੜਾ ਆ ਬਾਹਰ ਦਾ ਮਾਹੌਲ ਉਹ ਬਿਲਕੁਲ ਠੰਡਾ ਠੰਡਾ ਕੂਲ ਕੂਲ ਆ ਤੇ ਕਾਫੀ ਵਧੀਆ ਮੌਸਮ ਆ ਬੱਦਲ ਹੋਏ ਪਏ ਆ ਹਵਾਵਾਂ ਠੰਡੀਆਂ ਠੰਡੀਆਂ ਚੱਲਦੀਆਂ ਪਈਆਂ ਆ ਤੇ ਸਵੇਰੇ ਸਵੇਰੇ ਦੋ ਚਾਰ ਬੂੰਦਾਂ ਬਰਸਾਤ ਦੀਆਂ ਵੀ ਹੋ ਗਈਆਂ ਸੀ ਤੇ ਮੌਸਮ ਕਾਫੀ ਵਧੀਆ ਸੋਹਣਾ ਸੁਹਾਣਾ ਹੋਇਆ ਪਿਆ ਆ ਤੇ ਕਾਫੀ ਮਜ਼ੇਦਾਰ ਆ ਮੌਸਮ ਤੇ ਕਾਫੀ ਨਜ਼ਾਰੇਦਾਰ ਆ ਦੋਸਤੋ ਤੇ ਭੂਆ ਹੋਰੀ ਦੇ ਮਾਤਾ ਬੈਠੇ ਹੋਏ ਆ ਤੇ ਇੱਧਰ ਜੈ ਦਾਦੀ ਦੀ ਗੋਦੀ ਦੇ ਵਿੱਚ ਆ ਜੈ ਭੂਈ ਕੋ ਜਾਣਾ ਈ ਭੂਈ ਕੋ ਜਾਣਾ ਭੂਈ ਕੋ ਜਾ ਜਾ ਭੂਈ ਕੋ ਜਾਣਾ ਭੂਈ ਕੋ ਉਹ ਜਾ ਭੂਈ ਕੋ ਮੇਰੇ ਕੋਲ ਆਇਆ ਤੇ ਦੋਸਤੋ ਇਸ ਟਾਈਮ ਆਪਾਂ ਜੈ ਨੂੰ ਚੁੱਕ ਲਿਆ ਆ ਤੇ ਜੈ ਖੇਡਦਾ ਪਿਆ ਸੀ ਅੱਜ ਆਪਣੀ ਦਾਦੀਆਂ ਨਾਲ ਦਾਦੀ ਭੂਆ ਨਾਲ ਤੇ ਦਾਦੀ ਨਾਲ ਖੇਡਦਾ ਪਿਆ ਸੀ ਤੇ ਦਾਦੀ ਨੇ ਕਿਹਾ ਵੀ ਦਾਦੀ ਭੂਆ ਕੋ ਜਾਣਾ ਕਹਿੰਦੇ ਮੈਂ ਨਹੀਂ ਹੂੰ ਕੀ ਦਾਦੀ ਭੂਆ ਕੋ ਜਾਣਾ ਸੀ ਦਾਦੀ ਭੂਆ ਕੋ ਜਾਣਾ ਸੀ ਹੈਂ ਦਾਦੀ ਭੂਆ ਕੋ ਜਾਣਾ ਹੁਣ ਕਹਿੰਦਾ ਹਾਂ ਚਲੋ ਪਹਿਲਾਂ ਕਹਿੰਦਾ ਮੈਂ ਨਹੀਂ ਤੇ ਹੁਣ ਕਹਿੰਦਾ ਜੀ ਮੈਂ ਜਾਣਾ ਆ ਹੂੰ ਚੱਲ ਚੱਲ ਜਾ ਦਾਦੀ ਦਾਦੀ ਭੂਆ ਕੋ ਜਾ ਫਿਰ ਦਾਦੀ ਭੂਆ ਕੋ ਜਾ ਕਿੱਥੇ ਚੱਲਿਆ ਤੂੰ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਆਪਾਂ ਆ ਗਏ ਜੀ ਗੁੱਗੂ ਕੋਲ ਤੇ ਇੱਧਰ ਗੁੱਗੂ ਓਏ ਕੌਣ ਆ ਇਹ ਕੌਣ ਆ ਚੱਲ ਮੱਥਾ ਟੇਕੇ ਦਾਦੀ ਨੂੰ ਹਾਂ ਸ਼ਾਬਾਸ਼ ਕਦੋਂ ਟੇਕਿਆ ਹੀ ਮੱਥਾ ਦਾਦੀ ਨੂੰ ਤੇ ਦਾਦੀ ਭੂਈ ਨੂੰ ਤਾਂ ਟੇਕਿਆ ਨੀ ਤੂੰ ਦਾਦੀ ਭੂਈ ਨੂੰ ਟੇਕਿਆ ਹੀ ਹੈਂ ਦਾਦੀ ਭੂਈ ਨੂੰ ਨੀ ਟੇਕਣਾ ਮੱਥਾ ਹਾਂ ਤੇ ਇੱਧਰ ਗੁੱਗੂ ਡਿਆ ਆ ਸਵੀਟੀ ਨਾਲ ਸਵੀਟੀ ਹੁਈ 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 ਹੈ ਹਾਂ ਸਹੀ ਗੱਲ ਆ ਮਾਂ ਯਾਨੀ ਫੇਰ ਅੱਗੋ ਉਹਦੇ ਤੇ ਇਤਰਾ ਹੀ ਲੱਗ ਗਈ ਛੱਡ ਕੇ ਇਹਦੇ ਹੀ ਲੱਗ ਗਈ ਪੈਰ ਤੇ ਸਾਡੇ ਚਾਰ ਦਿਨ ਰੋਟੀ ਨਹੀਂ ਖਾਧੀ ਕੁੜੀ ਹੋਈ ਬਾਅਦ ਤੇ ਚਲੋ ਜੀ ਇੱਧਰ ਆ ਹੈਲੋ ਗੁੱਗੂ ਹੈਲੋ ਬਾਏ ਬਾਏ ਟਾਟਾ ਤੇ ਚਲੋ ਦੋਸਤੋ ਚੱਲਦੇ ਆ ਘਰ ਨੂੰ ਤੇ ਦੇਖਦੇ ਆ ਮਾਹੌਲ ਤੇ ਲਿਆਓ ਜੀ ਦੋਸਤ ਤੁਹਾਨੂੰ ਮੁਬਾਰਕਾਂ ਤੇ ਲਓ ਜੀ ਆਪਾਂ ਆ ਗਏ ਜੀ ਫੇਰ ਘਰੇ ਚਾਹ ਪੀਣ ਆਏ ਸੀ ਹੈ ਨਹੀਂ ਦਿੰਦੇ ਹੁਣ ਚਾਹ ਕਹਿੰਦੇ ਤੂੰ ਕੰਮ ਹੀ ਨਹੀਂ ਕਰਦਾ ਤੈਨੂੰ ਚਾਹ ਕਰ ਦਿੱਤੀ ਏ ਆ ਇੱਧਰ ਜੈ ਹੈਲੋ ਜੈ ਹੈਲੋ ਤੂੰ ਜੁੱਜੂ ਪੀਣਾ ਮੈਂ ਆਇਆ ਤੇ ਜੈ ਪੀ ਰਿਹਾ ਦੁੱਧ ਤੇ ਆਪਾਂ ਨੂੰ ਚਾਹ ਬਣੀ ਵੇਖ ਲਓ ਮਾੜੇ ਹਾਲ ਲੱਗਦਾ ਮਿਲਣੀ ਨੀਗੀ ਚਲੋ ਫਿਰ ਚੱਲਦੇ ਆ ਦੁਕਾਨ ਤੇ ਚੱਲੀਏ ਨਹੀਂ ਮਿਲਣੀ ਨਾ ਬਣਾ ਕੇ ਫੋਨ ਤੇ ਕਰ ਹੀ ਸਕਦੀ ਨਾ ਮੁੱਕ ਗਿਆ ਇੱਕੀਆਂ ਦਿਨਾਂ ਦਾ ਰੀਚਾਰਜ ਸੀ ਨਾ ਚੱਲ ਕੋਈ ਨੀ ਬਣਾ ਕੇ ਤੇ ਬਣਾ ਦੇ ਮੈਂ ਆ ਜਾਂਦਾ ਫਿਰ ਠੀਕ ਆ ਤੇ ਦੋਸਤੋ ਚਾਹ ਦੀ ਤਲਪ ਲੱਗੀ ਹੋਈ ਹੈ ਤੇ ਇਸ ਟਾਈਮ ਚਾਹ ਵੱਲੋਂ ਕਹਿਤਾ ਵੈਸੇ ਹੁਣ ਵੇਖੋ ਚਾਹ ਮਿਲਦੀ ਹੈ ਕਿ ਨਹੀਂ ਮਿਲਦੀ ਫਿਲਹਾਲ ਸ਼ਾਮਾਂ ਦਾ ਟਾਈਮ ਹੋ ਗਿਆ ਵੱਜ ਗਏ ਨੇ ਇਸ ਟਾਈਮ 6 ਅਤੇ ਚਲੋ ਦੇਖਦੇ ਹਾਂ ਕੀ ਬਣਦਾ ਚਾਹ ਦਾ ਜੇ ਚਾਹ ਮਿਲ ਗਈ ਤਾਂ ਵੀ ਠੀਕ ਹੈ ਨਹੀਂ ਮਿਲ ਗਈ ਤਾਂ ਵੀ ਫਿਰ ਕੋਈ ਗੱਲ ਨਹੀਂ ਅਤੇ ਚਲੋ ਠੀਕ ਹੈ ਦੋਸਤੋ ਚੱਲਦੇ ਹਾਂ ਫਿਲਹਾਲ ਦੁਕਾਨ 'ਤੇ ਫਿਰ ਆ ਕੇ ਦੇਖਦੇ ਚਾਹ ਮਿਲਦੀ ਕਿ ਨਹੀਂ ਮਿਲਦੀ ਦੋਸਤੋ ਮੈਂ ਬੈਠਾ ਹੋਇਆ ਸੀ ਦੁਕਾਨ 'ਤੇ ਤੇ ਇੱਧਰ ਆ ਗਿਆ ਜੀ ਮਾਨ ਸਾਹਿਬ ਜਾਦੇ ਤੂੰ ਆ ਗਿਆ ਦੁਕਾਨ ਤੇ ਤੂੰ ਦੁਕਾਨ ਤੇ ਆ ਗਿਆ ਮੇਰੇ ਕੋਲ ਆਜੋ 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 ਕਰਦਾ ਜੀ ਜੋਨਾ ਪੁੱਤ ਕਿੱਥੇ ਜਾਣਾ ਆ ਕਿੱਥੇ ਥੱਲੇ ਜਾਣਾ ਆ ਉੱਤੇ ਜਾਣਾ ਆਈ ਕੀ ਬੋਲ ਪਾਪਾ ਹਾਂ ਇਹ ਕਿੱਦਾਂ ਦੀ ਗੱਲ ਹੋਈ ਵੀ ਬੋਲ ਪਾਪਾ ਮੈਂ ਕਹਿੰਦਾ ਬੋਲ ਪਾਪਾ ਕਹਿੰਦਾ ਮੰਮਾ ਤੂੰ ਮੰਮਾ ਦਾ ਲਾੜਦਾ ਆ ਤੂੰ ਮੰਮਾ ਦਾ ਲਾੜਦਾ ਆ ਨਹੀਂ ਤੂੰ ਕਿੱਦਾਂ ਲਾੜਲਾ ਪਹਿਲਾਂ ਦੱਸ ਤੂੰ ਮੰਮਾ ਦਾ ਲਾੜਲਾ ਪਹਿਲਾਂ ਦੱਸ ਕਿੱਦਾਂ ਲਾੜਲਾ ਤੂੰ ਤੂੰ ਮੰਮਾ ਦਾ ਲਾੜਲਾ ਬੋਲ ਪਾਪਾ ਪਹਿਲਾਂ ਬੋਲ ਪਾਪਾ ਪਾਪਾ ਨੀ ਬੋਲਣਾ ਫਿਰ ਤੇ ਇਹ ਆਇਆ ਜੀ ਦੁਕਾਨ ਤੇ ਆਣ ਕੇ ਵੇਖੋ ਸਤਾਨੀਆਂ ਕਰਨ ਡਿਆ ਤੂੰ ਸਤਾਨੀਆਂ ਕਰਨਾ ਆਣ ਕੇ ਕੀ ਆਈ ਕੀ ਆਈ 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 ਆ ਆ ਆ ਆ ਆ ਇਹ ਕਿਉਂ ਡਿਆ ਆ ਕੀ ਉਹ 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 ਹਾਂ ਹਾਂ
ਇਹ ਆਣ ਕੇ ਡਿਆ ਜੀ ਸਥਾਨੀ ਕਰਨ, ਇਹਨੂੰ ਕਰਨ ਦਿੰਦੇ ਆ ਪੰਗੇ ਤੇ ਥੋੜੀ ਦੇਰ ਇਹਨੂੰ ਖੜਾਉਂਦੇ ਆ, ਫਿਰ ਤੁਹਾਨੂੰ ਦੁਬਾਰਾ ਮਿਲਦੇ ਆ। ਇਸ ਟਾਈਮ ਮੈਂ ਪਹੁੰਚ ਗਿਆ ਜੀ ਆਪਣੀ ਰਸੋਈ ਦੇ ਵਿੱਚ ਤੇ ਚਾਹ ਪੀਣ ਵਾਸਤੇ, ਤੇ ਚਾਹ ਇੱਧਰ ਮੈਡਮ ਨੇ ਬਣਾਤੀ ਆ ਤੇ ਢੱਕ ਕੇ ਰੱਖੀ, ਕਿਉਂਕਿ ਚਾਹ ਦੀ ਬੜੀ ਤਲਬ ਜੀ ਲੱਗ ਰਹੀ ਸੀ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਰਿਹਾ ਸੀ। ਤੇ ਅੱਜ ਬਣੇਗਾ ਜੀ ਆਪਣੇ ਇੱਥੇ ਬੈਂਗਣ ਭੜਥਾ, ਇੱਧਰ ਭੜਥੇ ਨੂੰ ਬਣਾ ਕੇ ਰੱਖਿਆ ਹੋਇਆ ਮੈਡਮ ਨੇ, ਅਤੇ ਇੱਧਰ ਭੜਥੇ ਦਾ ਮਾਲ ਜਿਹੜਾ ਤਿਆਰ ਕਰਤਾ ਆ। ਅਤੇ ਚਲੋ ਠੀਕ ਆ, ਇੱਧਰ ਬਣ ਦਿਓ ਭੜਥਾ, ਤਾਂ ਚਾਹ ਦਾ ਭੜਥਾ ਕਰ ਰਹੀ ਉਹਨਾਂ ਚਿਰ। ਅਤੇ ਦੋਸਤੋ ਚਾਹ ਪੀ ਕੇ ਫਿਰ ਫਟਾਫਟ ਚੱਲਦੇ ਦੁਕਾਨ 'ਤੇ, ਵੈਸੇ 7:30 ਦਾ ਟਾਈਮ ਹੋ ਗਿਆ ਆ। ਅਤੇ ਜੈ ਇੱਧਰ ਖੇਡਦਾ ਪਿਆ, ਜੈ ਤੂੰ ਕੀ ਕਰ ਕੀ ਆਈ ਨਹੀਂ ਕਰੀ ਜਾਂਦਾ, ਮੈਂ ਦਿੰਦਾ ਤੈਨੂੰ। ਅਤੇ ਜੈ ਖਿਡੌਣੇ ਮੰਗਦਾ ਪਿਆ, ਤਾਂ ਮੈਂ ਜੈ ਨੂੰ ਖਿਡੌਣੇ ਦੇ ਲਾ। ਫਿਰ ਮੈਂ ਛੁੱਟੀ ਕਰਕੇ ਆ ਗਿਆ ਜੀ ਘਰ, ਅਤੇ ਜੈ ਖੇਡਦਾ ਪਿਆ ਜੀ, ਜੈ ਖੇਡਦਾ ਪਿਆ ਜੀ। ਆ ਵੇਖੋ ਪੰਗੇ ਕਰਦਾ ਪਿਆ ਮੇਰੇ ਨਾਲ, ਓਏ ਬਿਜਗੂ ਬਿਜਗੂ ਜੈ ਕਿੱਦਾਂ, ਫਿਰ ਆ ਜਾਓ 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 ਆ ਜਾਓ। ਅਤੇ ਦੋਸਤੋ ਮੈਂ ਫਿਲਹਾਲ ਦੁਕਾਨ ਵਧਾ ਕੇ ਅਤੇ ਘਰ ਆਇਆ ਹੀ ਆ ਜੇ, ਅਤੇ ਆਣ ਕੇ ਬੈਠਾ ਵਾਂ, ਅਤੇ ਇੱਧਰ ਜੈ ਵੇਖੋ ਮੇਰੇ ਕੋਲ ਆ ਗਿਆ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਬੋਲੋ ਪਾਪਾ ਬੋਲੋ ਪਾਪਾ। ਅਤੇ ਇਸ ਟਾਈਮ ਜੈ ਆਪਣੇ ਕੋਲ ਆ ਗਿਆ, ਅਤੇ ਜੈ ਖੇਡ ਪਿਆ ਆ। ਅਤੇ ਦੋਸਤੋ ਭੜਥਾ ਜਿਹੜਾ ਬਣ ਚੁੱਕਾ ਆ ਸਾਹਮਣੇ, ਤੁਹਾਨੂੰ ਵਿਖਾਉਣਾ ਦੂਰੋਂ, ਉਹ ਪਤੀਲਾ ਪਿਆ ਭੜਥਿਆਂ, ਅਤੇ ਭੜਥਾ ਨਹੀਂ ਵਿਖਾਉਣਾ ਤੁਹਾਨੂੰ ਪਰ, ਅਤੇ ਭੜਥਾ ਆਪਣਾ ਬਣ ਗਿਆ ਆ। ਅਤੇ ਥੋੜ੍ਹੀ ਦੇਰ ਤੱਕ ਆਪਾਂ ਫਿਰ ਜਿਹੜਾ ਆ ਆਪਣਾ ਡਿਨਰ ਕਰਦੇ ਹਾਂ। ਅਤੇ ਜੈ ਟਾਈਮ ਖੇਡਦਾ ਪਿਆ ਮੇਰੇ ਨਾਲ ਮੇਰੀ ਗੋਦੀ ਦੇ ਵਿੱਚ ਆ ਕੇ। ਅਤੇ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰ ਲੈਂਦੇ ਹਾਂ। ਜੇਕਰ ਵਲੋਗ ਵਧੀਆ ਲੱਗਾ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇਕਰ ਚੈਨਲ ਤੁਸੀਂ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ, ਤਾਂ ਕਿ ਆਉਣ ਵਾਲੇ ਵਲੋਗ ਮਿਲ ਸਕਣ ਤੁਹਾਨੂੰ ਬੜੀ ਆਰਾਮ ਦੇ ਨਾਲ। ਥੈਂਕ ਯੂ ਵੈਰੀ ਮੱਚ।